ਹੈਲੋ ਦੋਸਤੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਯੂਟਿਊਬ ਚੈਨਲ ਕਾਂਤੀ ਸਿੰਘ ਉੱਤੇ। ਅਤੇ ਅੱਜ ਤੁਹਾਨੂੰ ਅਸੀਂ ਇੱਕ ਕਾਇਨ ਮਾਸਟਰ ਦੀ ਪ੍ਰੋਬਲਮ ਦਾ ਸੋਲਿਊਸ਼ਨ ਦੱਸਾਂਗੇ। ਸਭ ਤੋਂ ਪਹਿਲਾਂ ਆਪਾਂ ਆਪਣਾ ਕਾਇਨ ਮਾਸਟਰ ਓਪਨ ਕਰ ਲੈਂਦੇ ਹਾਂ। ਲਓ ਜੀ, ਇਹ ਆਪਣਾ ਕਾਇਨ ਮਾਸਟਰ ਓਪਨ ਹੋਣ ਦਿਆ ਜੀ। ਨਾਲ ਦੀ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਅਤੇ ਵੀਡੀਓ ਨੂੰ ਲਾਈਕ ਕਰ ਦਿਉ ਅਤੇ ਇੱਕ ਕਮੈਂਟ ਵਧੀਆ ਜਿਹਾ ਕਰ ਦਿਉ, ਠੀਕ ਹੈ ਜੀ। ਇੱਕ ਤਾਂ ਆਪਾਂ ਸਭ ਤੋਂ ਪਹਿਲਾਂ ਆਪਾਂ ਇੱਕ ਪ੍ਰੋਜੈਕਟ ਲੈਂਦੇ ਹਾਂ, ਠੀਕ ਹੈ ਜੀ। ਹਾਂਜੀ, ਆਪਾਂ ਪ੍ਰੋਜੈਕਟ ਲਿਆ, ਫਿਰ ਮੀਡੀਆ ਜੀ ਆ ਗਏ, ਆਪਾਂ ਇੱਥੇ ਜਾਂਦੇ ਹਾਂ ਅਤੇ ਆਪਾਂ ਇੱਥੋਂ ਕੋਈ ਵੀ ਰੈਂਡਮ ਬੈਕਗਰਾਊਂਡ ਲੈ ਲੈਂਦੇ ਹਾਂ, ਠੀਕ ਹੈ ਜੀ। ਕੋਈ ਵੀ ਬੈਕਗਰਾਊਂਡ ਲੈ ਲਿਆ ਜੀ, ਠੀਕ ਹੈ ਜੀ। ਇੱਥੇ ਤੁਸੀਂ ਵੇਖ ਸਕਦੇ ਇਮੇਜ ਦੀ ਆਪਸ਼ਨ ਆਉਂਦੀ, ਅਤੇ ਮੀਡੀਆ ਦੀ ਆਪਸ਼ਨ ਨਹੀਂ ਆਉਂਦੀ। ਇਹ ਮੀਡੀਆ ਦੀ ਆਪਸ਼ਨ ਲਿਆਉਣੀ, ਸਭ ਤੋਂ ਪਹਿਲਾਂ ਆਪਾਂ ਕਾਇਨ ਮਾਸਟਰ 'ਚ ਬੈਕ ਜਾਂਦੇ ਹਾਂ ਜੀ। ਬੈਕ ਜਾਣ ਤੋਂ ਪਰ ਆਪਾਂ ਸੈਟਿੰਗ 'ਚ ਜਾਣਾ, ਇਹਦੀ ਸੈਟਿੰਗ ਸੈਟਿੰਗ 'ਚ ਜਾਣ ਤੋਂ ਬਾਅਦ ਇਨਫੋਰਮੇਸ਼ਨ ਦੀ ਪੀਸ ਦੀ ਆਪਸ਼ਨ 'ਤੇ ਜਾਣਾ ਜੀ, ਠੀਕ ਹੈ ਜੀ। ਡਿਵਾਈਸ ਵਾਲੀ 'ਤੇ ਇੱਥੇ ਆਪਾਂ 3 ਡੋਟਸ 'ਤੇ ਕਲਿੱਕ ਕਰਕੇ ਲੇਅਰ ਮੋਡ ਕਰ ਦੇਣਾ, ਠੀਕ ਹੈ ਜੀ। ਮੁੜ ਕੇ ਆਪਾਂ ਇਹ ਸਾਰੇ ਕਾਇਨ ਮਾਸਟਰ ਆਪਾਂ ਬੰਦ ਕਰ ਦੇਣਾ, ਠੀਕ ਹੈ ਜੀ। ਇਹ ਕਰਤਾ ਆਪਾਂ ਕਲੋਸ, ਠੀਕ ਹੈ ਜੀ। ਆਪਾਂ ਫੇਰ ਹੁਣ ਆਪਣਾ ਕਾਇਨ ਮਾਸਟਰ ਖੋਲ੍ਹਦੇ ਹਾਂ। ਆਪਣਾ ਕਾਇਨ ਮਾਸਟਰ ਓਪਨ ਹੁੰਦਾ ਜੀ। ਨਾਲ ਦੀ ਨਾਲ ਵੀਡੀਓ ਨੂੰ ਜ਼ਰੂਰ ਲਾਈਕ ਕਰੋ ਅਤੇ ਸ਼ੇਅਰ ਜ਼ਰੂਰ ਕਰਨਾ ਜੀ, ਠੀਕ ਹੈ ਜੀ। ਇਹ ਤੋਂ ਆਪਾਂ ਆਪਣਾ ਨਵਾਂ ਲੈ ਲੈਂਦੇ ਹਾਂ, ਲੇਅਰ ਨਵਾਂ ਪ੍ਰੋਜੈਕਟ, ਮੀਡੀਆ ਬੈਕਗਰਾਊਂਡ, ਆਪਾਂ ਕੋਈ ਨਾ ਬੈਕਗਰਾਊਂਡ ਲੈ ਲੈਂਦੇ ਹਾਂ, ਠੀਕ ਹੈ ਜੀ। ਹੁਣ ਸਾਰੇ ਉੱਥੇ ਮੀਡੀਆ ਦੀ ਆਪਸ਼ਨ ਆਉਂਦੀ ਹੈ, ਮੀਡੀਆ ਦੀ ਆਪਸ਼ਨ ਆਉਂਦੀ ਹੈ, ਕਿਉਂਕਿ ਕੋਈ ਵੀ ਚੀਜ਼ ਮੀਡੀਆ ਦੀ ਆਪਸ਼ਨ ਆਪਣੀ ਆਉਣੀ ਸ਼ੁਰੂ ਹੋ ਗਈ ਹੈ। ਜੇ ਵੀਡੀਓ ਚੰਗੀ ਲੱਗੇ ਲਾਈਕ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ ਦੇਣਾ।